ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਬਾਈ ਜੀ, ਆਪਾਂ ਲੈ ਕੇ ਹਾਜ਼ਰ ਹਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਤਾਂ ਦੋਸਤੋ, ਅੱਜ ਸਭ ਤੋਂ ਪਹਿਲਾਂ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਹੈ ਮਲੇਰਕੋਟਲਾ ਵਿਖੇ, ਜਿੱਥੇ ਕਿ ਅੱਜ ਆਲ ਓਪਨ ਦੇ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਇਹਨਾਂ ਕਲੱਬਾਂ ਦੇ ਲਈ ਪਹਿਲਾ ਇਨਾਮ ਇੱਥੇ 1.5 ਲੱਖ, ਦੂਜਾ ਇਨਾਮ 1 ਲੱਖ ਰੁਪਈਆ, ਅਤੇ ਬੈਸਟਾਂ ਨੂੰ ਇੱਥੇ ਬੁਲਟ ਦਿੱਤੇ ਜਾਣਗੇ। ਬਾਕੀ ਦੋਸਤੋ, ਜੇਕਰ ਆਪਾਂ ਮਲੇਰਕੋਟਲਾ ਦੇ ਕਬੱਡੀ ਕੱਪਾਂ ਦੀ ਗੱਲ ਕਰੀਏ ਤਾਂ ਇੱਥੇ ਹਰ ਸਾਲ ਵਧੀਆ ਵਧੀਆ ਖਿਡਾਰੀ ਖੇਡਦੇ ਨੇ। ਸੀਲੂ ਹੋਰੀ, ਅੰਬੇ ਹੋਰੀ, ਸਾਜੀ ਫਰਿਆਦ ਹੋਰੀ, ਦੀਪ ਹੋਰੀ। ਸੋ ਮਲੇਰਕੋਟਲਾ ਦੇ ਕਬੱਡੀ ਕੱਪ 'ਤੇ ਚੋਟੀ ਚੋਟੀ ਦੇ ਪਲੇਅਰ ਆਏ ਸਾਲ ਆਉਂਦੇ ਨੇ, ਅਤੇ ਐਤਕੀ ਵੀ ਮੈਚ ਇੱਥੇ ਸਿਰੇ ਦੇ ਹੋਣਗੇ। ਸੋ ਦੋਸਤੋ, ਜਿਵੇਂ ਆਪਾਂ ਨੂੰ ਟੀਮਾਂ ਦੀ ਜਾਣਕਾਰੀ ਮਿਲੂ ਅਤੇ ਪਲੇਅਰਾਂ ਦੀ ਜਾਣਕਾਰੀ ਮਿਲੂਗੀ, ਸੋ ਉਵੇਂ ਆਪਾਂ ਕਮੈਂਟਾਂ 'ਤੇ ਰਿਪਲਾਈ ਕਰ ਦਾਂਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਕਬੱਡੀ 365 'ਤੇ ਅਤੇ ਕਬੱਡੀ 1-2-3 'ਤੇ। ਉਸ ਤੋਂ ਅੱਗੇ ਦੋਸਤੋ, ਇੱਕ ਹੋਰ ਵਧੀਆ ਕਬੱਡੀ ਕੱਪ ਹੋਣਾ ਹੈ ਪਿੰਡ ਘਰਖਣਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ 3 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ ਇੱਥੇ 81,000, ਦੂਜਾ ਇਨਾਮ 61,000, ਅਤੇ ਬੈਸਟਾਂ ਨੂੰ ਇੱਥੇ 21,000 ਰੁਪਏ ਦਿੱਤਾ ਜਾਵੇਗਾ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਕਬੱਡੀ ਜੰਕਸ਼ਨ 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਹੋਰ ਵਧੀਆ ਕਬੱਡੀ ਕੱਪ ਹੋਣਾ ਹੈ ਪਿੰਡ ਚਾਂਦਪੁਰਾ ਵਿਖੇ। ਇੱਥੇ ਵੀ ਅੱਜ ਓਪਨ ਕਬੱਡੀ ਦੇ ਵਿੱਚ 3 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ ਇੱਥੇ 1,00,000 ਰੁਪਈਆ, ਦੂਜਾ ਇਨਾਮ 75,000, ਅਤੇ ਬੈਸਟਾਂ ਨੂੰ ਇੱਥੇ 4 ਟਰੈਕਟਰ ਦਿੱਤੇ ਜਾਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲ ਸਕਦਾ ਹੈ ਕਬੱਡੀ 1-2-3 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਹਕੀਮਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ, ਜਗਤਪੁਰ ਦੇ ਸਟੇਡੀਅਮ ਦੇ ਵਿੱਚ। ਇੱਥੇ ਦੋਸਤੋ, ਅੱਜ ਆਲ ਓਪਨ ਦੇ ਪੰਜਾਬ ਅਤੇ ਹਰਿਆਣਾ ਦੇ ਮੈਚ ਕਰਵਾਏ ਜਾਣਗੇ, ਜਿਨ੍ਹਾਂ ਦੇ ਲਈ ਪਹਿਲਾ ਇਨਾਮ 81,000, ਦੂਜਾ ਇਨਾਮ 61,000, ਤੀਜਾ ਇਨਾਮ 45,000, ਅਤੇ ਚੌਥਾ ਇਨਾਮ 35,000, ਅਤੇ ਬੈਸਟਾਂ ਨੂੰ ਇੱਥੇ 11,000 ਰੁਪਏ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 42 ਕਿਲੋ ਅਤੇ 52 ਕਿਲੋ ਦੇ ਮੈਚ ਵੀ ਹੋਣਗੇ। ਤਾਂ ਇਹ ਸੀ ਦੋਸਤੋ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਬਾਈ, ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਦੋਸਤੋ, ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।